ਡਰੱਗ ਮਾਮਲੇ ਦੀਆਂ ਰਿਪੋਰਟਾਂ ਦੇ ਵਿੱਚ ਨਾਮ ਆਉਣ ਤੋਂ ਬਾਅਦ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਕਾਰਵਾਈ ਕਰਨ ਤੋਂ ਬਾਅਦ ਬਰਖਾਸਤ ਏਆਈਜੀ ਰਾਜਜੀਤ ਸਿੰਘ ਹੁੰਦਲ ਰੂਪੋਸ਼ ਹੋ ਚੁੱਕਿਆ ਹੈ ਪੰਜਾਬ ਪੁਲਿਸ ਉਸ ਦੀ ਭਾਲ ਦੇ ਵਿੱਚ ਥਾਂ-ਥਾਂ ਦੇ ਉੱਪਰ ਛਾਪੇਮਾਰੀ ਕਰ ਰਹੀ ਹੈ ਪਰ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਹੈ ਕਿੱਥੇ ਲੁਕਿਆ ਹੋਇਆ ਜਾਂ ਫਿਰ ਕਿੱਥੇ ਫਰਾਰ ਹੋ ਚੁੱਕਿਆ ਤਾਂ 5 ਸਾਲਾਂ ਤੋਂ ਬੰਦ ਲਿਫਾਫੇ ਦੇ ਵਿੱਚ ਪਈਆਂ ਡਰੱਗ ਦੀਆਂ ਰਿਪੋਰਟਾਂ ਜਦੋਂ ਹਾਈ ਕੋਰਟ ਦੇ ਵਿੱਚ ਖੁੱਲ੍ਹਦੀਆਂ 28 ਮਾਰਚ ਨੂੰ ਤਾਂ ਹਾਈ ਕੋਰਟ ਫੇਰ ਪੰਜਾਬ ਸਰਕਾਰ ਨੂੰ ਇਸ ਦੇ ਉੱਪਰ ਕਾਰਵਾਈ ਕਰਨ ਦਾ ਆਦੇਸ਼ ਦਿੰਦੇ ਨੇ 5 ਅਪ੍ਰੈਲ ਨੂੰ ਇਹ ਲਿਫਾਫੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਹੁੰਚਦੇ ਆ ਜਿਸ ਤੋਂ ਬਾਅਦ ਪਹਿਲੀ ਕਾਰਵਾਈ ਹੁੰਦੀ ਹੈ ਕਿ ਏਆਈਜੀ ਰਾਜੇਸ਼ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਡਰੱਗ ਮਾਮਲੇ ਦੀ ਜਾਂਚ ਬਿਠਾ ਦਿੱਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਜੋ-ਜੋ ਜ਼ਾਇਦਾਤ ਬਣਾਈ ਗਈ ਹੈ ਉਸ ਦੀ ਪੜਤਾਲ ਕਰਨ ਦੇ ਲਈ ਵਿਜੀਲੈਂਸ ਨੂੰ ਆਰਡਰ ਜਾਰੀ ਕਰ ਦਿੱਤੇ ਜਾਂਦੇ ਨੇ ਹੁਣ ਕੀ ਹੁੰਦਾ ਕਿ ਰਾਜੇਸ਼ ਸਿੰਘ ਕਿੱਥੇ ਹੈਗਾ ਕਿੱਥੇ ਨਹੀਂ ਇਸ ਸਬੰਧੀ ਉਸਦੀ ਪਾਲ ਦੇ ਵਿੱਚ एलओसी ਤਾਂ ਜਾਰੀ ਕਰ ਦਿੱਤਾ ਗਿਆ ਯਾਨੀ ਕਿ ਲੁਕਆਊਟ ਨੋਟਿਸ ਤਾਂ ਜਾਰੀ ਹੋ ਚੁੱਕੇ ਆ ਪਰ ਉਸ ਤੱਕ ਨਹੀਂ ਪਹੁੰਚ ਪਾਰੀ ਪੰਜਾਬ ਪੁਲਿਸ ਕਈ ਜਗ੍ਹਾ ਦੇ ਉੱਪਰ ਛਾਪੇ ਮਾਰੀ ਵੀ ਹੋਈ ਹੈ ਤਾਂ ਬੀਤੀ ਰਾਤ ਇੱਕ ਹਾਈ ਲੈਵਲ ਮੀਟਿੰਗ ਹੁੰਦੀ ਹੈ ਬੀਤੇ ਦਿਨ ਹਾਈ ਲੈਵਲ ਮੀਟਿੰਗ ਹੁੰਦੀ ਹੈ ਪੰਜਾਬ ਪੁਲਿਸ ਦੀ ਡੀਜੀਪੀ ਗੌਰਵ ਯਾਦਵ ਇਸ ਦੀ ਅਗਵਾਈ ਕਰਦੇ ਆ ਔਰ ਉਸ ਨੂੰ ਕਾਬੂ ਕਰਨ ਦੀਆਂ ਸਾਰੀਆਂ ਪਲੈਨਿੰਗਾਂ ਬਣਾਈਆਂ ਜਾਂਦੀਆਂ ਇਸ ਮੀਟਿੰਗ ਦੇ ਵਿੱਚ ਕੀ ਕੀ ਹੋਰ ਨਿਕਲਦਾ ਇਸ ਮੀਟਿੰਗ ਦੇ ਵਿੱਚ ਮੈਂ ਤੁਹਾਨੂੰ ਸਿਲਸਿਲੇ ਵਾਰ ਦੱਸਦਾ ਡੀਜੀਪੀ ਗੌਰਵ ਯਾਦਵ ਨੇ ਰਾਜੀਤ ਨੂੰ ਫੜਨ ਦੇ ਲਈ 14 ਟੀਮਾਂ ਦਾ ਗਠਨ ਕੀਤਾ ਡਰੱਗ ਮਾਮਲੇ ਦੀ ਜਾਂਚ ਦੇ ਲਈ ਏਡੀਜੀਪੀ ਇੰਟੈਲੀਜੈਂਸ ਆਰਕੇ ਜੈਸਵਾਲ ਦੀ ਅਗਵਾਈ ਦੇ ਵਿੱਚ ਟੀਮ ਬਣਾਈ ਡਰੱਗ ਮਾਮਲੇ ਦੀ ਜਾਂਚ 30 ਦਿਨਾਂ ਤੱਕ ਪੂਰੀ ਕਰਨ ਦੇ ਹੁਕਮ ਦਿੱਤੇ ਗਏ ਰਾਜੀਤ ਦੀ ਭਾਲ ਦੇ ਲਈ ਮੁਹਾਲੀ ਲੁਧਿਆਣਾ ਜਲੰਧਰ 'ਚ ਛਾਪੇਮਾਰੀ ਕੀਤੀ ਪਰ ਹੱਥ ਨਹੀਂ ਆਇਆ ਰਾਜੀਤ ਦੇ ਸਾਥੀਆਂ ਦੇ ਠਿਕਾਣਿਆਂ ਤੇ ਪੰਜਾਬ ਰਾਜਸਥਾਨ ਦਿੱਲੀ ਹਿਮਾਚਲ 'ਚ ਛਾਪੇਮਾਰੀ ਕੀਤੀ ਗਈ ਕੇਸ ਸਾਥੀਆਂ ਨੂੰ ਹਿਰਾਸਤ ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਦੋ ਟੀਮਾਂ ਰਾਜਸਥਾਨ ਦੋ ਹੀ ਟੀਮਾਂ ਦਿੱਲੀ ਅਤੇ ਇੱਕ ਹਿਮਾਚਲ ਵੀ ਭੇਜੀਆਂ ਗਈਆਂ ਤਿੰਨ ਹਫ਼ਤੇ ਪਹਿਲਾਂ ਰਾਜੇਸ਼ ਸਿੰਘ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਸਨ ਉਹਨਾਂ ਦੀ ਲਿਸਟ ਬਣਾਈ ਗਈ ਹੈ ਤਿੰਨ ਦਿਨ ਪਹਿਲਾਂ ਹੀ ਰਾਜੇਸ਼ ਸਿੰਘ ਨੇ ਆਪਣੇ ਦੋਵੇਂ ਮੋਬਾਈਲ ਨੰਬਰ ਬੰਦ ਕਰ ਦਿੱਤੇ ਆ ਤਾਂ ਇਹ ਉਹ ਸਿਲਸਿਲਾ ਹੈ ਉਹ ਕਾਰਵਾਈ ਹੈ ਜੋ ਪੰਜਾਬ ਪੁਲਿਸ ਨੇ ਹੁਣ ਅੱਗੇ ਉਲੀਕ ਦਿੱਤੀ ਹੈ ਰਾਜੇਸ਼ ਸਿੰਘ ਨੂੰ ਦਬੋਚਣ ਦੇ ਲਈ ਹੁਣ ਤੁਹਾਨੂੰ ਰਾਜੇਸ਼ ਸਿੰਘ ਹੁੰਦਲ ਦਾ ਉਹ ਕੱਚਾ ਚਿੱਠਾ ਵੀ ਦੱਸ ਦਿਆਂ ਜਿਸ ਨੇ ਆਪਣੀ ਨੌਕਰੀ ਦੇ ਦੌਰਾਨ ਕੀ ਕੀ ਕਾਰਨਾਮੇ ਕੀਤੇ ਅਤੇ ਕਾਨੂੰਨ ਦਾ ਕਿੰਨੇ ਮਜ਼ਾਕ ਉਡਾਇਆ ਡਰੱਗ ਰਿਪੋਰਟ ਦੇ ਵਿੱਚ ਜੋ ਜੋ ਖੁਲਾਸੇ ਹੋਏ ਹੈ ਜਾਂ ਇਲਜ਼ਾਮ ਲੱਗੇ ਹੈ ਉਹਨਾਂ ਦੇ ਮੁਤਾਬਕ ਰਾਜੀਤ ਸਿੰਘ ਨੇ ਆਪਣੀ ਵਰਦੀ ਦਾ ਗਲਤ ਫਾਇਦਾ ਲੈ ਕੇ ਨਸ਼ਾ ਤਸਕਰੀ ਨੂੰ ਵਧਾਵਾ ਦਿੱਤਾ ਬਰਖਾਸਤ ਇੰਸਪੈਕਟਰ ਇੰਦਰਜੀਤ ਸਿੰਘ ਦੇ ਨਾਲ ਮਿਲ ਕੇ ਨਸ਼ਿਆਂ ਦੀ ਵੱਡੀ ਗੇਮ ਖੇਡੀ ਐਨਡੀਪੀਐਸ ਦੇ ਕੇਸ ਹੈੱਡ ਕਨਸਟੇਬਲ ਦਰਜ ਨਹੀਂ ਕਰ ਸਕਦਾ ਪਰ ਇੰਦਰਜੀਤ ਨੂੰ ਪਾਵਰਾਂ ਦਿੱਤੀਆਂ ਗਈਆਂ ਰਾਜੀਤ ਦੀ ਛੋਟ ਕਾਰਨ ਇੰਦਰਜੀਤ ਨੇ ਹੈੱਡ ਕਨਸਟੇਬਲ ਰਹਦਿਆਂ ਕਈ ਨਸ਼ੇ ਦੇ ਕੇਸ ਦਰਜ ਕੀਤੇ ਕੋਰਟ 'ਚ ਇਹ ਸਾਰੇ ਕੇਸ ਟਿਕ ਨਹੀਂ ਪਾਏ ਤੇ ਨਸ਼ਾ ਤਸਕਰ ਆਸਾਨੀ ਦੇ ਨਾਲ ਬਾਹਰ ਆਏ ਰਾਜੀਤ ਅਤੇ ਇੰਦਰਜੀਤ ਨੇ ਪੰਜਾਬ ਤੋਂ ਵੱਧ ਨਸ਼ੇ ਦੇ ਸੈਂਪਲ ਫੇਲ ਕਰਵਾਏ ਦੋਵਾਂ ਨੇ ਮਿਲ ਕੇ 123 ਦੇ ਕਰੀਬ ਨਸ਼ਾ ਤਸਕਰਾਂ ਨੂੰ ਅਦਾਲਤ ਤੋਂ ਬਰੀ ਕਰਵਾਇਆ ਰਾਜੀਤ ਨੇ 2011 ਤੋਂ 2022 ਤੱਕ ਕਈ ਥਾਵਾਂ ਤੇ ਆਪਣੀ ਜ਼ਾਇਦਾਦ ਬਣਾਈ ਜਿਲੰਦਰ ਦੇ ਇੱਕ ਹੋਟਲ ਕਾਰੋਬਾਰੀ ਨਾਲ ਮਿਲ ਕੇ ਡਰਗ ਮੰਡੀ ਨੂੰ ਪ੍ਰਾਪਰਟੀ ਦੇ ਵਿੱਚ ਲਗਾਇਆ ਤੇ ਹੁਣ ਇਨ੍ਹਾਂ ਪੈਸਿਆਂ ਦੀ ਤੇ ਨਾਲ ਦੀ ਨਾਲ ਜੋ ਜ਼ਾਇਦਾਤ ਬਣਾਈ ਗਈ ਹੈ ਇਸ ਦਾ ਵੇਰਵਾ ਇਕੱਠਾ ਕਰਨ ਦੇ ਲਈ ਪੰਜਾਬ ਪੁਲਿਸ ਨੇ ਟੀਮਾਂ ਬਣਾ ਦਿੱਤੀਆਂ ਸਪੈਸ਼ਲ ਟੀਮਾਂ ਬਣਾਈਆਂ ਤੇ ਨਾਲ ਦੀ ਨਾਲ ਵਿਜੀਲੈਂਸ ਨੂੰ ਵੀ ਜਾਂਚ ਜਿਹੜੀ ਹੈ ਉਹ ਸੌਂਪ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਡਰਗ ਰਿਪੋਰਟਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਹੁੰਚੀਆਂ ਉਸ ਦੇ ਵਿੱਚ ਹੋਰ ਵੀ ਖੁਲਾਸੇ ਹੋਣਗੇ